ਫਤਿਹਗੜ੍ਹ ਸਾਹਿਬ ਵਿੱਚ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ। ਮਹਿਲਾ ਦੇ 3 ਬੱਚੇ ਹਨ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਤੀ ਦੀ ਮੌਤ ਤੋਂ ਬਾਅਦ ਮਹਿਲਾ ਆਪਣੇ ਬੱਚਿਆਂ ਨੂੰ ਦਾਦਕੇ ਛੱਡ ਕੇ ਆਪਣੀ ਨਾਨੀ ਕੋਲ ਚਲੀ ਗਈ ਸੀ। ਮਹਿਲਾ ਦੀ ਸੱਸ ਨੇ ਬੱਚਿਆਂ ਨੂੰ ਬੇਸਹਾਰਾ ਦੱਸ ਕੇ ਅਨਾਥ ਆਸ਼ਰਮ ਛੱਡ ਦਿੱਤਾ। ਮਹਿਲਾ ਦਾ ਦੋਸ਼ ਹੈ ਕਿ ਉਸ ਦੀ ਬੱਚੀ ਨਾਲ ਕੁਝ ਗਲਤ ਹੋ ਰਿਹਾ ਹੈ। ਇਸ ਮਾਮਲੇ ਸੰਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਦਾ ਕਹਿਣਾ ਸੀ ਕਿ ਇਹ ਮਾਮਲਾ ਚਾਈਲਡ ਵੈਲਫੇਅਰ ਕਮੇਟੀ ਵਿੱਚ ਲਿਜਾ ਕੇ ਜੋ ਵੀ ਕਮੇਟੀ ਦਾ ਫੈਸਲਾ ਹੋਵੇਗਾ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ। ਸਰ, ਕੋਈ ਵੀ ਮਾਂ, ਮੇਰੇ ਬੱਚੇ 9 ਮਹੀਨੇ ਮੈਂ ਪੇਟ ਵਿੱਚ ਰੱਖਿਆ, ਕੋਈ ਮਾਂ ਇੱਦਾਂ ਨਹੀਂ ਕੋਈ ਛੱਡਦੀ ਬੱਚਿਆਂ ਨੂੰ। ਮੈਨੂੰ ਜ਼ਬਰਦਸਤੀ ਮੇਰੇ ਨਾਲ ਕੀਤੀ ਗਈ ਸੀਗੀ, ਪਰ ਜ਼ਬਰਦਸਤੀ ਕਰਕੇ ਘਰੋਂ ਕੱਢਿਆ ਗਿਆ ਸੀ। ਮੈਂ ਜੀਟੀ ਰੋਡ ਦੇ ਵਿੱਚ ਵੀ ਦਰਖਾਸਤ ਦਿੱਤੀ ਸੀ, ਇੱਥੇ ਵੀ ਰੱਖੀ, ਇੱਥੇ ਅੱਜ ਮੇਰੀ ਸੁਣਵਾਈ ਹੋਈ ਹੈ। ਇਹਨੇ ਸਾਰਾ ਇਹਨੇ ਇਹਨਾਂ ਨੇ ਸਾਰਾ ਧਿਆਨ ਮੇਰੇ ਨਾਲ ਮਸਲਾ ਸੁਣਿਆ ਅਤੇ ਇਹ ਕਹਿੰਦੇ ਨੇ ਵੀ ਇਹਨਾਂ ਨੇ ਮਤਲਬ ਕਿਹਾ ਹੈ ਵੀ ਮੈਂ ਤੁਹਾਡੀ ਸੁਣਵਾਈ ਕਰਾਂਗਾ। ਪਰ ਮੈਂ ਜੀ ਟੀ ਰੋਡ 'ਤੇ ਵੀ ਗਈ, ਜੀ ਟੀ ਰੋਡ 'ਤੇ ਤਾਂ ਸਰ ਸਾਰੀ ਉੱਥੇ ਦੇ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਨੇ ਸਾਰੀ ਗੁੰਡਾਗਰਦੀ ਹੈ। ਉਹਨਾਂ ਦੇ ਸਾਹਮਣੇ ਹੀ ਮੇਰੇ ਪੁਲਿਸ ਹੋਣਿਆਂ ਦੇ ਸਾਹਮਣੇ ASI ਬਲਜੀਤ ਸਿੰਘ ਸੀਗਾ, ਮੇਰੇ ਨਾਨੀ ਜੀ ਸੀਗੇ ਨਾਲ, ਅਤੇ ਕਹਿੰਦੇ ਤੁਹਾਨੂੰ ਅੰਦਰ ਕਰ ਦਾਂਗੇ ਸੀ, ਅੰਦਰ ਕਰ ਦਾਂਗੇ ASI ਬਲਜੀਤ ਸਿੰਘ ਗਰੇਵਾਲ, ਅਤੇ ਕਹਿੰਦੇ ਤੁਹਾਨੂੰ ਅੰਦਰ ਕਰ ਦਾਂਗੇ, ਤੁਸੀਂ ਇੱਦਾਂ ਕੀਤਾ ਉੱਦਾਂ ਕੀਤਾ। ਸਰ, ਇੱਕ ਮਾਂ ਹੈ, ਚਲੋ ਮੰਨਦੇ ਹਾਂ ਵੀ ਮੇਰੇ ਤੋਂ ਕੋਈ ਗਲਤੀ ਹੋਈ ਹੈ, ਕੁਛ ਵੀ ਗਲਤੀ ਕਰਦੀ ਹੈ, ਪਰ ਇੱਕ ਮਾਂ ਆਪਣੇ ਬੱਚਿਆਂ ਲਈ ਹੁਣ ਕੀ ਕਾਨੂੰਨ ਦਾ ਉਹ ਮੰਗੇਗੀ ਵੀ ਮੈਨੂੰ ਆਪਣੇ ਬੱਚਿਆਂ ਨੇ ਮਿਲਣਾ। ਮੇਰੀ ਗੁੜੀਆਂ ਨਾਲ ਵੀ ਬਹੁਤ ਬੁਰਾ ਹੋ ਰਿਹਾ, ਮੈਂ ਇਹਨਾਂ ਨੂੰ ਵੀ ਦੱਸਿਆ ਵੀ ਮੇਰੀ ਬੇਟੀ ਨਾਲ ਬਹੁਤ ਬੁਰਾ ਹੋ ਰਿਹਾ। ਸਰ, ਕਿੰਨੀ ਉਮਰ ਆ ਬੇਟੀ ਦੀ? ਬੇਟੀ 10 ਸਾਲ ਦੀ। ਸਰ, ਹੋ ਸਕਦਾ ਉਹਦੇ ਨਾਲ ਕੁਝ ਗਲਤ ਵੀ ਹੋ ਰਿਹਾ, ਜਾਂ ਮੈਨੂੰ ਤਾਂ ਇਹ ਡਾਊਟ ਹੈ ਵੀ ਕੁੱਟਮਾਰ ਹੋ ਰਹੀ ਆ, ਕੁਝ ਗਲਤ ਵੀ ਹੋਇਆ ਜਾ ਸਕਦਾ। ਸਰ, ਜਿਹੜੀ ਦਾਦੀ ਇੱਥੇ SOS ਦੇ ਵਿੱਚ ਅਨਾਥ ਆਸ਼ਰਮ ਦੇ ਵਿੱਚ ਬੱਚੇ ਛੱਡ ਸਕਦੀ ਆ, ਅਤੇ ਮੇਰੇ ਗੁੜੀਆ ਉੱਥੇ ਸੇਫ ਆ? ਨਹੀਂ ਸੇਫ ਹੈਗੀ ਸਰ ਮੇਰੀ ਬੇਟੀ ਉੱਥੇ। ਸਰ, ਮੈਂ ਇਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਮੈਂ ਬੱਚੇ ਲੈਣੇ, ਮੈਂ ਆਪਣੇ ਘਰ ਵਿੱਚ ਵੀ, ਪਰ ਮੈਨੂੰ ਉੱਥੋਂ ਦੇ ਹੀ ਲੋਕ ਮਤਲਬ 20-25 ਜਣੇ ਸੀਗੇ, ਸਿਰਫ ਸਾਈਨ ਸਿਰਫ 4 ਜਣੇ ਦੇ ਹੋਏ ਨੇ, ਬਟ ਆਏ ਬਹੁਤ ਜਣੇ ਸੀਗੇ। ਇਸਦੀ ਫੁਟੇਜ ਨਾ ਉਹ ਜਿੱਥੇ ਵਕੀਲ ਦੇ ਵਿੱਚ ਕਮਰੇ ਦੇ ਵਿੱਚ ਹੋਈ ਸੀ ਉੱਥੇ ਵੇਖਿਆ, ਮੈਨੂੰ ਮਾਰਨ ਨੂੰ ਵੀ ਪੈ ਰਹੇ ਨੇ, ਮਾਰਨ ਨੂੰ ਵੀ ਪੈ ਰਹੇ ਨੇ। ਮੇਰੇ ਤੋਂ ਜ਼ਬਰਦਸਤੀ ਸਿਗਨੇਚਰ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਮੈਨੂੰ ਕਹਿੰਦੇ ਜੇ ਤੂੰ ਮੈਂ ਕਿਹਾ ਮੈਂ ਹਰਬੰਸਪੁਰੇ ਜਾਣਾ, ਮੈਨੂੰ ਕਹਿੰਦੇ ਜੇ ਤੂੰ ਉੱਥੇ ਗਈ ਨਾ ਅਸੀਂ ਤੈਨੂੰ ਜਾਨ ਤੋਂ ਮਾਰ ਦਾਂਗੇ। ਮੇਰਾ ਚੇੜ ਸੀਗਾ ਕੁਲਦੀਪ ਸਿੰਘ ਜੀ, ਹਾਂਜੀ, ਹਰਬੰਸਪੁਰੇ ਵਿਆਹੀ ਹਾਂ ਮੈਂ, ਆਪਣੀ ਨਾਨੀ ਕੋਲ ਰਹਿ ਰਹੀ ਹਾਂ, ਮੰਡੀ ਗੋਬਿੰਦਗੜ੍ਹ ਰਾਮਨਗਰ, ਮੈਂ ਬੱਚਿਆਂ ਕੋਲ ਜਾਣਾ ਚਾਹੁੰਦੀ ਹਾਂ। ਬੱਚੇ ਸਾਸ ਮੇਰੀ ਨੇ ਰੱਖੀ ਹੈ ਗੁੜੀਆਂ, ਅਤੇ ਹਾਂਜੀ, ਅਤੇ ਜਿਹੜੇ ਮੇਰੇ 2 ਬੇਟੇ ਨੇ ਉਹ ਆਸ਼ਰਮ ਦੇ ਵਿੱਚ ਛੱਡੇ ਹੋਏ ਨੇ ਸਰ, SOS ਦੇ ਵਿੱਚ ਹੈਗਾ ਨਾ। ਮੈਂ ਇਹਨਾਂ ਨੂੰ ਕਹਿ ਰਹੀ ਹਾਂ, ਮੇਰੇ ਸਹੁਰੇ ਪਰਿਵਾਰ ਨੇ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ। ਸਰ, ਜਿਹੜੇ ਬੰਦੇ ਮੇਰੇ ਹਸਬੈਂਡ ਹੁੰਦੇ ਸੁਣਦੇ ਮੇਰੇ ਨਾਲ ਗਲਤ ਕਰਦੇ ਰਹੇ ਨੇ, ਕਿ ਉਹਦੇ ਪੂਰੇ ਹੋਣ ਤੋਂ ਬਾਅਦ ਮੇਰੀ ਉੱਥੇ ਦੀ ਜ਼ਿੰਦਗੀ ਕੀ ਹੋਏਗੀ, ਤੁਸੀਂ ਆਪ ਸਮਝ। ਪ੍ਰੋਪਰਟੀ ਪਿੱਛੇ, ਜਾਇਦਾਦ ਪਿੱਛੇ ਮੇਰੇ ਬੱਚੇ ਅੱਜ ਇੱਥੇ। ਅੱਛਾ, ਇਹਨਾਂ ਨੇ ਅੱਛਾ ਇੱਕ ਐਫੀਡੇਵਿਟ ਦੇਖ ਲਿਆ, ਇਹਨਾਂ ਦਾ ਇਹ ਫਰਜ਼ ਨਹੀਂ ਸੀ ਬਣਦਾ, ਮੈਨੂੰ ਇੱਥੇ ਬੁਲਾਉਂਦੇ, ਮੈਨੂੰ ਪੁੱਛਦੇ ਵੀ ਮੈਡਮ ਇਹ ਜਿਹੜਾ ਐਫੀਡੇਵਿਟ ਬਣਿਆ ਸਹੀ ਹੈ ਜਾਂ ਗਲਤ ਹੈ। ਮੈਨੂੰ ਪੁੱਛਦੇ ਕਿ ਤੁਸੀਂ ਸੱਚੀ ਮੁੱਚੀ ਆਪਣੇ ਬੱਚੇ ਇਹਨਾਂ ਨੂੰ ਦਿੱਤੇ ਨੇ ਜਾਂ ਦੇ ਕੇ ਜਾ ਰਹੇ ਹੋ, ਇਹ ਕਨਫਰਮ ਹੀ ਨਹੀਂ ਕੀਤਾ। ਉੱਥੇ ਇਹ ਸਭ ਗੱਲ ਕਹਿ ਰਹੇ ਨੇ SOS ਵਾਲੇ ਵੀ, ਇਹਨਾਂ ਦੇ ਮੰਮੀ ਪਾਪਾ ਐਕਸਪਾਇਰ ਹੋਏ ਹੋਏ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਡੈਥ ਹੋ, ਮੰਮੀ ਦੀ ਵੀ ਡੈਥ ਹੋ ਚੁੱਕੀ ਸੀ। ਬੇਸਿਕਲੀ ਜੀ, ਇਹ ਅੱਜ ਮੈਨੂੰ ਕੰਪਲੇਂਟ ਲੈ ਕੇ ਆਏ ਨੇ ਮੇਰੇ ਕੋਲ, ਪਹਿਲਾਂ ਮਾਨਯੋਗ ਡੀ ਸਾਹਿਬ ਕੋਲ ਪੇਸ਼ ਹੋਏ ਸੀਗੇ, ਅਤੇ ਉਹਨਾਂ ਨੇ ਗੰਭੀਰਤਾ ਨਾਲ ਲੈਂਦੇ ਹੋਏ ਮੇਰੇ ਕੋਲ ਭੇਜਿਆ ਹੋਇਆ ਇਹਨਾਂ ਨੂੰ। ਅਤੇ ਮਸਲਾ ਇਹ ਹੈਗਾ ਕਿ ਇਹ ਜਿਹੜੀ ਲੜਕੀ ਗਗਨਦੀਪ ਕੌਰ ਹੈ, ਇਹਨਾਂ ਦੇ 2 ਬੱਚੇ ਨੇ, ਲੜਕੇ ਨੇ ਅਤੇ ਇੱਕ ਲੜਕੀ ਹੈ। ਅਤੇ ਤਕਰੀਬਨ ਅੱਜ ਤੋਂ ਮਾਰਚ ਦੇ ਮਹੀਨੇ ਦੇ ਵਿੱਚ, 18 ਮਾਰਚ ਨੂੰ, ਇਹਨਾਂ ਦੀ ਜਿਹੜੀ ਸੱਸ ਸੀ ਬੱਚਿਆਂ ਦੀ ਦਾਦੀ, ਉਹਨਾਂ ਵੱਲੋਂ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਕਿ ਜਿਹੜੀ ਮੇਰੇ ਆਪਣੇ ਬੇਟੇ ਦੀ ਮੌਤ ਹੋ ਚੁੱਕੀ ਹੈ ਔਰ ਜਿਹੜੀ ਮੇਰੀ ਨੂੰਹ ਹੈ ਉਸ ਨੇ ਕਿਸੇ ਹੋਰ ਨਾਲ ਸ਼ਾਦੀ ਕਰਵਾ ਲਈ, ਅਤੇ ਜਿਸ ਕਰਕੇ ਹੁਣ ਉਹਨਾਂ ਦੇ ਬੱਚੇ ਜਿਹੜੇ 3 ਨੇ ਸਾਡੇ ਤੋਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਹੋ ਰਿਹਾ। ਜਿਸ ਦੇ ਚੱਲਦੇ ਅਸੀਂ ਇਨਕੁਆਇਰੀ ਕੀਤੀ ਅਤੇ ਚਾਈਲਡ ਵੈਲਫੇਅਰ ਕਮੇਟੀ ਦੇ ਅੱਗੇ ਕੇਸ ਰੱਖਿਆ, ਕਿਉਂਕਿ ਜਿਹੜਾ ਫਾਈਨਲ ਫੈਸਲਾ ਇਹ ਚਾਈਲਡ ਵੈਲਫੇਅਰ ਕਮੇਟੀ ਨੇ ਲੈਣਾ ਹੁੰਦਾ। ਮਾਨਯੋਗ ਹਾਈ ਕੋਰਟ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀ ਬਣਾਈ ਗਈ ਹੈ ਬੱਚਿਆਂ ਦੇ ਸੰਬੰਧ ਵਿੱਚ ਫੈਸਲੇ ਲੈਣ। ਸੋ ਜਿਸ ਦੇ ਵਿੱਚ ਇਹਨਾਂ ਦਾ ਕੋਈ ਪੁਰਾਣਾ ਐਫੀਡੈਵਿਟ ਵੀ ਉਦੋਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਛੱਡ ਛਡਾਓ ਹੋਈ ਹੈ ਕੋਈ ਬਣਾਇਆ ਹੋਇਆ ਸੀ, ਜਿਹਦੇ ਵਿੱਚ ਇਹਨਾਂ ਦੇ ਵੀ ਦਸਤਖਤ ਨੇ, ਇਹਨਾਂ ਦੇ ਭਰਾ ਦੇ ਦਸਤਖਤ ਨੇ ਔਰ ਇਹਨਾਂ ਦੀ ਮਾਂ ਦੇ ਵੀ ਦਸਤਖਤ ਨੇ, ਮਾਤਾ ਦੇ ਦਸਤਖਤ, ਜਿਹਦੇ ਵਿੱਚ ਇਹਨਾਂ ਨੇ ਇਹ ਗੱਲ ਮੰਨੀ ਸੀ ਕਿ ਮੈਂ ਆਪ ਕਿਸੇ ਹੋਰ ਥਰਡ ਬੰਦੇ ਨਾਲ, ਦੂਸਰੇ ਨਾਲ ਰਹਿਣਾ ਚਾਹੁੰਦੀ ਹਾਂ ਔਰ ਮੈਂ ਆਪਣੇ ਬੱਚੇ ਨਾਲ ਨਹੀਂ ਰੱਖਣਾ। ਸੋ ਇਸ ਚੀਜ਼ ਨੂੰ ਲੈ ਕੇ ਜਦੋਂ ਸਾਡੇ ਕੋਲ ਕੋਈ ਇੱਦਾਂ ਦਾ ਮੈਟਰ ਆਉਂਦਾ ਤਾਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਉਹਨਾਂ ਨੂੰ ਕਿੱਥੇ ਰੱਖਿਆ ਜਾਵੇ। ਤਾਂ ਉਦੋਂ ਚਾਈਲਡ ਵੈਲਫੇਅਰ ਕਮੇਟੀ ਨੇ ਉਹਨਾਂ ਬੱਚਿਆਂ ਨੂੰ, ਅਸੀਂ ਬੱਚੇ ਚਾਈਲਡ ਵੈਲਫੇਅਰ ਕਮੇਟੀ ਕੋਲ ਇਹ ਕੇਸ ਲਿਆ ਕੇ ਜੋ ਵੀ ਫਾਈਨਲ ਡਿਸੀਜ਼ਨ ਹੋਊਗਾ, ਕਿਉਂਕਿ ਮਾਨਯੋਗ ਡੀ ਸਾਹਿਬ ਦਾ ਇਹਦੇ ਵਿੱਚ ਬਹੁਤ ਜ਼ਿਆਦਾ, ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਕਿ ਇਸ ਮੈਟਰ ਨੂੰ ਦੇਖੋ ਔਰ ਕਿਸੇ ਵੀ ਤਰ੍ਹਾਂ ਮਾਂ ਨਾਲ ਕਿਸੇ ਤਰ੍ਹਾਂ ਦੀ ਨਾਇਨਸਾਫੀ ਨਾ ਹੋਵੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।